ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅੰਮ੍ਰਿਤਪਾਲ ਹੈ, ਗਗਨਪ੍ਰੀਤ ਹੈ, ਰਣਜੀਤ ਸਿੰਘ ਹੈ, ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ, ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਹਨ ਭਾਰੀ ਮਾਤਰਾ 'ਚ। ਅੱਜ ਵੀ ਇਹ ਆਪਣੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹੀਰੋਇਨ ਲੈ ਕੇ ਇੱਧਰ ਕਿਤੇ ਦੇਣ ਆ ਰਹੇ ਆ। ਇਸੇ ਹੀ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਪੁੱਲ ਦੇ ਉੱਪਰ, ਸੂਏ ਦੇ ਪੁੱਲ ਦੇ ਉੱਪਰ ਨਾਕਾ ਲਾਇਆ ਅਤੇ ਉੱਧਰੋਂ ਸਵਿਫਟ ਕਾਰ ਆ ਗਈ, ਉਹਨੂੰ ਰੋਕ ਕੇ ਚੈੱਕ ਕੀਤਾ, ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ। ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਸਰ, ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ। ਮੈਂ DSP ਯੋਗੇਸ਼ ਕੁਮਾਰ, ਪੋਸਟਿੰਗ ਮੇਰੀ STF ਜਲੰਧਰ ਦੇ ਵਿੱਚ ਤਨਾਤ ਹਾਂ ਜੀ। ਮੈਂ ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ? ਅੱਜ STF ਜਲੰਧਰ ਦੀ ਪੁਲਿਸ ਪਾਰਟੀ, ਜਿਹਨੂੰ SI ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ, ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ। ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਹਨਾਂ ਵਿੱਚ ਅੰਮ੍ਰਿਤਪਾਲ ਹੈ, ਗਗਨਪ੍ਰੀਤ ਹੈ, ਰਣਜੀਤ ਸਿੰਘ ਹੈ, ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ, ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਹਨ ਭਾਰੀ ਮਾਤਰਾ 'ਚ। ਅੱਜ ਵੀ ਇਹ ਆਪਣੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹੀਰੋਇਨ ਲੈ ਕੇ ਇੱਧਰ ਕਿਤੇ ਦੇਣ ਆ ਰਹੇ ਆ। ਇਸੇ ਹੀ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਪੁੱਲ ਦੇ ਉੱਪਰ, ਸੂਏ ਦੇ ਪੁੱਲ ਦੇ ਉੱਪਰ ਨਾਕਾ ਲਾਇਆ ਅਤੇ ਉੱਧਰੋਂ ਸਵਿਫਟ ਕਾਰ ਆ ਗਈ, ਉਹਨੂੰ ਰੋਕ ਕੇ ਚੈੱਕ ਕੀਤਾ, ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ। ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਜੀ। ਅੱਛਾ ਸਰ, ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈਗੀ? ਨੌਜਵਾਨ ਹੈ ਜੀ, 23-24-25 ਸਾਲ ਦੇ, 25-26 ਸਾਲ ਦੇ ਜੀ। ਅੱਛਾ, ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ? ਨਹੀਂ, ਇਹ ਪੁੱਛ ਗਿੱਛ ਜੇ ਕਰਨੀ ਹੈ ਜੀ, ਇਹ ਸਵੇਰੇ ਇਹਨਾਂ ਰਿਮਾਂਡ ਲੈ ਕੇ ਮਜੀਦ ਪੁੱਛ ਗਿੱਛ ਹੋਊਗੀ, ਕਿੱਥੋਂ ਮਾਲ ਲੈ ਕੇ ਆਏ, ਕਿੱਥੇ ਦੇਣ ਜਾਣਾ ਇਹਨਾਂ ਨੇ। ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲੋਂ। ਸਰ, ਪਾਕਿਸਤਾਨ ਦੇ ਲਿੰਕ ਹੋ ਸਕਦੀ ਹੈ? ਹੋ ਸਕਦੇ ਆ ਜੀ, ਮੇਬੀ ਹੋ ਸਕਦੇ। ਕਿਹਦੇ ਨਾਲ? ਜਿਹੜੇ ਉੱਧਰ ਏਜੰਸੀਆਂ ਬੈਠੀਆਂ ਜੀ, ਜਿਹੜੇ ਚਿੱਟਾ ਸਪਲਾਈ ਕਰਦੇ ਇੱਧਰ ਬਾਰਡਰ ਤੋਂ ਕ੍ਰੋਸ ਕਰਦੇ, ਹੋ ਸਕਦਾ ਇਹਨਾਂ ਨਾਲ ਹੁਣ। ਬਾਕੀ ਇਹ ਪੁੱਛ ਗਿੱਛ ਦਾ ਮੈਟਰ ਹੈ ਜੀ। ਅੱਛਾ ਸਰ, ਕਿੰਨੀ ਕੁ ਜਦੋਜਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ? ਨਹੀਂ, ਕੋਈ ਜ਼ਿਆਦਾ ਨਹੀਂ ਕਰਨੀ ਪਈ ਜੀ, ਕਾਬੂ ਕਰ ਲਿਆ ਸੀ। ਪੁਲਿਸ ਪਾਰਟੀ 'ਚ 14-15 ਮੈਂਬਰ ਸੀਗੇ ਅਤੇ ਕਾਬੂ ਕੀਤੇ ਗਏ ਆਰਾਮ ਨਾਲ ਕਰ ਲਏ। ਇਹ ਸਵਿਫਟ ਕਾਰ 'ਤੇ ਆਏ ਸੀ।